ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ 'ਚ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਛਾਪੇਮਾਰੀ ਕਰਕੇ ਇੱਕ ਪਤੀ ਪਤਨੀ ਦੇ ਜੋੜੇ ਨੂੰ ਗ੍ਰਿਫਤਾਰ ਕੀਤਾ ਜੋ ਨਸ਼ਾ ਵੇਚਣ ਅਤੇ ਨਸ਼ਾ ਕਰਨ ਦਾ ਆਦੀ ਸੀ। ਇਸ ਸੰਬੰਧੀ ਤਲਵੰਡੀ ਸਾਬੋ ਦੇ DSP ਨੇ ਦੱਸਿਆ ਕਿ ਉਹਨਾਂ ਨੇ ਇੱਕ ਪਤੀ ਪਤਨੀ ਦੇ ਜੋੜੇ ਨੂੰ ਸਰਿੰਜਾਂ ਸਮੇਤ ਕਾਬੂ ਕੀਤਾ ਅਤੇ ਇਹ ਜੋੜਾ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਨ ਲਈ ਨਸ਼ੇ ਦੇ ਟੀਕੇ ਭਰ ਕੇ ਦਿੰਦਾ ਸੀ ਅਤੇ ਉਸ ਜੋੜੇ ਨੂੰ ਪੁਲਿਸ ਨੇ ਫੌਰੀ ਤੌਰ ਤੇ ਐਕਸ਼ਨ ਲੈਂਦਿਆਂ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਉਹਨਾਂ ਨੇ ਕਿਹਾ ਕਿ ਭਵਿੱਖ 'ਚ ਅਜਿਹੀ ਛਾਪੇਮਾਰੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਸ਼ੇ ਦੇ ਮਾਮਲੇ ਵਿੱਚ ਦੋ ਪ੍ਰਕਾਰ ਦੇ ਲੋਕਾਂ ਨੂੰ ਸ਼ਾਮਿਲ ਕੀਤਾ, ਇੱਕ ਉਹ ਲੋਕ ਨੇ ਜੋ ਨਸ਼ੇ ਦਾ ਸੇਵਨ ਕਰਦੇ ਨੇ ਅਤੇ ਇੱਕ ਉਹ ਲੋਕ ਨੇ ਜੋ ਨਸ਼ਾ ਵੇਚਦੇ ਨੇ। ਉਹਨਾਂ ਨੇ ਕਿਹਾ ਕਿ ਜਿੱਥੇ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾਵੇਗਾ ਜਿੱਥੇ ਉਹ ਨਸ਼ਾ ਮੁਕਤ ਹੋ ਸਕਣ। ਮਾਣਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਣਯੋਗ DGP ਸਾਹਿਬ ਦੇ ਹੁਕਮ ਅਨੁਸਾਰ ਤੇ ਮਾਣਯੋਗ SSP ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ IPS ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਕੱਲ੍ਹ ਅਸੀਂ ਜਿਹੜਾ ਹੈਗਾ ਮਿਤੀ 17/6/24 ਨੂੰ ਇੱਕ FIR ਨੰਬਰ 87 ਅੰਡਰ ਸੈਕਸ਼ਨ 308(34) IPC ਥਾਣਾ ਤਲਵੰਡੀ ਦਰਜ ਰਜਿਸਟਰ ਕੀਤੀ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਇੱਕ ਵਣੀ ਨਾਂ ਦੇ ਮੁੰਡੇ ਨੇ ਜਿਹੜਾ ਹੈਗਾ ਆਪਣਾ ਬਿਆਨ ਲਿਖਾਇਆ ਜਿਹਦੇ 'ਚ ਇਹਨੇ ਆਪਣਾ ਕੁਲਦੀਪ ਸ਼ਰਮਾ ਪੁੱਤਰ ਤਰਸੇਮ ਲਾਲ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਪਤਨੀ ਕੁਲਦੀਪ ਸ਼ਰਮਾ ਵਾਸੀ ਦੁਰਗਾ ਮੰਦਿਰ ਵਾਲੀ ਗਲੀ ਤਲਵੰਡੀ ਸਾਬੋ ਦੇ ਖਿਲਾਫ ਬਿਆਨ ਲਿਖਾਈ ਹੈ ਕਿ ਇਹ ਆਪਣੇ ਘਰ ਜਾ ਰਿਹਾ ਸੀਗਾ ਤਾਂ ਰਾਹ 'ਚ ਇਹਨਾਂ ਨੇ ਆਵਾਜ਼ ਮਾਰ ਕੇ ਇਹਨਾਂ ਨੂੰ ਆਪਣੇ ਘਰ ਦੇ ਅੰਦਰ ਵੜ ਲਿਆ ਅਤੇ ਉੱਥੇ ਜਿਹੜਾ ਹੈਗਾ ਇਹਦੀ ਕੁਲਦੀਪ ਸ਼ਰਮਾ ਦੀ ਲੜਕੀ ਜਿਹੜੀ ਘਰ ਵਾਲੀ ਹੈ ਜਸਪ੍ਰੀਤ ਕੌਰ ਉਹਨੇ ਇੱਕ ਟੀਕਾ ਜਿਹੜਾ ਹੈਗਾ ਕੋਈ ਦਵਾਈ ਘੋਲ ਕੇ ਵੀ ਇੱਕ ਟੀਕਾ ਜਿਹੜਾ ਹੈਗਾ ਉਹ ਉਹਨੂੰ ਘੋਲ ਕੇ ਆਪਣੇ ਘਰ ਵਾਲੇ ਨੂੰ ਕੁਲਦੀਪ ਸ਼ਰਮਾ ਨੂੰ ਫੜਾਇਆ ਅਤੇ ਉਹਨੇ ਇਹ ਟੀਕਾ ਜਿਹੜਾ ਹੈਗਾ ਉਹਦੇ ਵੇਨ 'ਚ ਲਾ ਤਾ ਜਿਹੜਾ ਬਾਂਹ ਦੀ ਵੇਨ ਦੇ ਵਿੱਚ ਜਿਹਦੇ ਨਾਲ ਉਹਦੇ ਜਿਹੜਾ ਹੈਗਾ ਤਬੀਅਤ ਖਰਾਬ ਹੋ ਗਈ ਅਤੇ ਉਹਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਅਤੇ ਹਸਪਤਾਲ ਦਾਖਲ ਹੋਣ 'ਤੇ ਡਾਕਟਰ ਸਾਹਿਬ ਦੀ ਜਦੋਂ ਰਾਏ ਲਈ ਗਈ ਤਾਂ ਉਹਦੇ ਤੋਂ ਪਾਇਆ ਗਿਆ ਵੀ ਜੇ ਇਹਨੂੰ ਸਮੇਂ ਸਿਰ ਇਲਾਜ ਨਾ ਮਿਲਦਾ ਤਾਂ ਇਹਦੀ ਮੌਤ ਹੋ ਸਕਦੀ ਸੀ ਜਿਹਦੇ ਕਰਕੇ ਅਸੀਂ ਜਿਹੜਾ ਹੈਗਾ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਣੀ ਦੇ ਬਿਆਨਾਂ 'ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਇੱਕ FIR ਨੰਬਰ 87 ਮਿਤੀ 17/6/24 ਅੰਡਰ ਸੈਕਸ਼ਨ 308(34) IPC ਥਾਣਾ ਤਲਵੰਡੀ ਦਰਜ ਰਜਿਸਟਰ ਕੀਤੀ ਹੈ ਅਤੇ ਉਸੇ ਨਾਲ ਦੀ ਨਾਲ ਹੀ ਇਹ ਦੋਨੋਂ ਮੀਆਂ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਅਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਫਰਦਰ ਜਿਹੜੀ ਹੈਗੀ ਆ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਦੇ ਵਿੱਚ ਜਿਹੜੀ ਹੈ ਇੱਕ ਸਰਿੰਜ ਜਿਹੜੀ ਹੈਗੀ ਹੈ ਸਮੇਤ ਸੂਈ ਉਹ ਜਿਹੜੀ ਹੈਗੀ ਹੈ ਟਰੇਸ ਹੋਈ ਹੈਗੀ ਹੈ ਉਹਨੂੰ ਅਸੀਂ ਕਬਜ਼ੇ 'ਚ ਲਿਆ ਹੈਗਾ ਅਤੇ ਇਹ ਮਾਣਯੋਗ SSP ਸਾਹਿਬ ਅਤੇ DGP ਸਾਹਿਬ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਸ਼ੇ ਦੇ ਖਿਲਾਫ ਜਿਹੜੀ ਹੈਗੀ ਆ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊ। ਮੈਂ ਆਪ ਜੀ ਦੇ ਮਾਧਿਅਮ ਨਾਲ ਸਾਰੇ ਤਲਵੰਡੀ ਦੇ ਅਤੇ ਰਾਮਾ ਸ਼ਹਿਰ ਦੇ ਜਿਹੜੇ ਹੈਗੇ ਆ ਇਹ ਮਾੜੇ ਵਿਅਕਤੀਆਂ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਉਹ ਆਪਣਾ ਨਸ਼ਾ ਵੇਚਣ ਤੋਂ ਬਾਜ਼ ਆ ਜਾਣ ਅਤੇ ਨਸ਼ਾ ਕਰਾਉਣ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਸਖ਼ਤ ਤੋਂ ਸਖ਼ਤ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਕੀਤੀ ਜਾਊ। ਜਿਸ ਤਰ੍ਹਾਂ DGP ਨੇ ਹਦਾਇਤ ਕੀਤੀ ਆ ਦਿਸ਼ਾ ਨਿਰਦੇਸ਼ਾਂ ਆ ਵੀ ਛੋਟੇ ਛੋਟੇ ਅੱਡਿਆਂ 'ਤੇ ਅਸੀਂ ਸਾਡੀ ਪੁਲਿਸ ਛਾਪੇਮਾਰੀ ਕਰਿਆ ਕਰੂਗੀ, ਇਹ ਤੁਸੀਂ ਕੋਈ ਟਰੇਸ ਕਰਿਆ ਜਾਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਕਰ ਰਹੇ? ਇਹਦੇ ਵਿੱਚ ਦੋ ਕੈਟਾਗਰੀਆਂ ਅਸੀਂ ਜਿਹੜੀਆਂ ਹੈਗੀਆਂ
ਉਹ ਕੀਤੀਆਂ ਹੈਗੀਆਂ, ਉਹਨਾਂ ਦੀ ਪਹਿਚਾਣ ਕੀਤੀ ਹੈਗੀ ਹੈ। ਇੱਕ ਤਾਂ ਜਿਹੜੇ ਪੀਣ ਵਾਲੇ ਹੈਗੇ ਆ, ਇੱਕ ਜਿਹੜੇ ਵੇਚਣ ਵਾਲੇ ਹੈਗੇ ਆ। ਅਤੇ ਪਹਿਲੇ ਕਦਮ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਵੇਚਣ ਵਾਲੇ ਆਈਡੈਂਟੀਫਾਈ ਕਰ ਰਹੇ ਹਾਂ, ਜਿਹੜੇ ਹਾਇਰ ਲੈਵਲ 'ਤੇ ਵੇਚ ਕੇ ਜਿਹੜਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਦੇ ਆ, ਅਤੇ ਲੋਕਾਂ ਨੂੰ ਜਿਹੜਾ ਹੈਗਾ ਗਲਤ ਪਾਸੇ ਅਤੇ ਨਸ਼ਿਆਂ 'ਤੇ ਲਾਉਂਦੇ ਹੈਗੇ ਆ। ਸਭ ਤੋਂ ਪਹਿਲਾਂ ਅਸੀਂ ਇਹਨਾਂ ਨਸ਼ਾ ਦੇ ਸਮਗਲਰਾਂ ਨੂੰ ਜਿਹੜਾ ਹੈਗਾ ਫੜ ਕੇ ਅੰਦਰ ਦੇਵਾਂਗੇ, ਅਤੇ ਜਿਹੜੇ ਪੀਣ ਵਾਲੇ ਹੈ ਇਹਨਾਂ ਨੂੰ ਹਸਪਤਾਲ 'ਚ ਵੀ ਐਡਮਿਟ ਕਰਾਇਆ ਜਾਊਗਾ, ਅਤੇ ਜਿਹੜੇ ਬੰਦੇ ਫਿਰ ਵੀ ਨਹੀਂ ਸੁਧਰਨਗੇ ਉਹਨਾਂ 'ਤੇ ਬਹੁਤ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ।